ਚੜ ਰਿਹਾ ਚੜਾਈ ਫੇਰ ਉੱਪਰ ਨੂੰ ਰੱਖੀ। ਕੱਲ ਨੂੰ ਤੁਹਾਨੂੰ ਮਾਰਕੀਟ ਦਿਖਾਉਂਗਾ ਮਾਰਕੀਟ ਜੀ, ਠੀਕ ਹੈ। ਰੁਕੋ ਖਾਣ ਨੂੰ ਲੱਭੀ ਹੈ ਪਹਿਲਾਂ ਘੈਂਟ ਜੀ ਚੀਜ਼, ਕੋਈ ਹੋਰ ਫਾਲਤੂ ਦੀ ਚੀਜ਼ਾਂ ਖਾ ਖਾ ਕੇ ਮੈਂ ਥੱਕਿਆ ਹੋਇਆ, ਫਰੂਟ ਫਰਾਟ ਵੀ ਪਾਇਆ ਮੇਰੇ ਕੋਲ ਵਾਧੂ। ਕੀ ਹੈ ਬਾਈ ਟਰਕੀ ਦੀ ਪੀਕਰ ਮਾਰਕੀਟ, ਇੱਧਰ ਨੂੰ ਵੀ ਜਾਂਦੀ ਆ ਇਹ। ਇੱਥੇ ਰੋਟੀ ਮਿਲਣੀ ਆਪਾਂ ਨੂੰ ਸਿਆਂ, ਦੇਖਦੇ ਹਾਂ ਜੇ ਕੁਛ ਮਿਲਦਾ। ਟਰਕੀ ਦਾ ਰਸਤਾ ਬਾਜ਼ਾਰ, ਸਮਾਨ ਬੜਾ ਘੈਂਟ ਘੈਂਟ ਪਿਆ ਇੱਥੇ, ਕੁੜੀਆਂ ਕੜੀਆਂ ਵਾਲਾ ਸਮਾਨ ਜ਼ਿਆਦਾ ਇੱਥੇ। ਮੰਮੀ ਨੇ ਵੀ ਮੈਂ ਵੈਸੇ ਕਰ ਲੈ ਲਿਆ ਪਰਸ ਜਿਹਾ, ਇੱਕ ਖੀਰੂ ਲੈ ਲੈ ਲਿਆ, ਹਰਮਨ ਲਈ ਵੀ ਲੈ ਲਿਆ, ਬਾਕੀ ਆਪਣਾ ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਠੀਕ ਹੈ। ਗੁੱਡ ਮੋਰਨਿੰਗ ਐਵਰੀਵਨ, ਮੈਂ ਜਾ ਰਿਹਾ ਵਾਂ ਲੋ ਮਸੀਕ ਦੇਖਣ, ਤਰੇ ਜਾ ਰਿਹਾ ਪਹਾੜੀ ਠੰਡ ਤਾਂ ਠੀਕ ਠਾਕ ਜੀ ਹੋਈ ਇੱਥੇ। ਕੈਪ ਕਰੋਨਾ ਦੀ ਤੌਲੀ ਸੀਗੀ, ਸਾਰੇ ਕੱਪੜੇ ਧੋਤੇ ਆ ਕੱਲ੍ਹ, ਅਤੇ ਮੈਂ ਕਿਹਾ ਦੇਖੇ ਆ ਬਲੀ ਬਲੂ ਸੁਲਤਾਨ, ਪਤਾ ਨਹੀਂ ਕੀ ਨਾਮ ਸੀ ਵਧੀਆ ਹੈ, ਜਾਂ ਪੜ੍ਹਾਈ ਹੋਊਗੀ ਸ਼ਾਇਦ ਆਟੋਮੋਬਲ ਬਾਹਰ ਟਾਈਮ ਦੀ, ਦੇਖੋ ਸੂ ਇਹ ਰਹੀ ਬਲੂ ਮੋਸ ਇਹ ਵਾਲੀ ਆ ਆਪ। ਦੋ ਪਿੱਲਰ ਨੇ ਪਤਾ ਨਹੀਂ ਮੈਨੂੰ ਹੁਣ ਇਹਦਾ ਮਤਲਬ ਵਗੈਰਾ ਤਾਂ ਪਤਾ ਨਹੀਂ, ਆਹ ਦੇਖ ਲੈ ਕਾ ਵਾ ਉੱਥੇ ਨਾ ਜਿਹੜੀ ਆਪਣਾ ਪਿੱਛੇ ਵਾਲਾ ਪਿੱਲਰ ਆ ਨਾ, ਇੱਥੇ ਕੋਈ ਟੂਰ ਗਾਈਡ ਸੀ ਉਹ ਦੱਸ ਰਿਹਾ ਸੀਗਾ ਕਿ ਅਪੋਲੋ ਟੈਂਪਲ ਜੋ ਨਿਕਲ ਹੋਊਗਾ ਇਹਨਾਂ ਦਾ ਨਾ, ਉੱਥੋਂ ਲਿਆ ਕੇ ਪੱਟ ਕੇ ਲਿਆਉਂਦਾ ਜੀ ਇਹਨਾਂ ਨੇ ਆਟੋਮਨ ਦੇ ਟਾਈਮ 'ਚ, ਹਿਸਟਰੀ ਇਹ ਹੈ ਜੀ। ਬਾਕੀ ਅੱਗੇ ਚੱਲਦੇ ਹਾਂ ਮਸਜਿਦ ਦੇਖਣ, ਲੋਕੇਸ਼ਨ ਬੜੀ ਵਧੀਆ ਇੱਥੇ ਅਤੇ ਬਈ ਬਲੂ ਮਸਜਿਦ ਸੁਲਤਾਨ ਅਹਿਮਦ ਨੇ ਬਣਾਈ ਸੀਗੀ ਇਹ, ਇੱਧਰ ਲਿਖਿਆ ਵੀ ਬਲੂ ਮਸਜਿਦ ਸੁਲਤਾਨ ਅਹਿਮਦ, ਅਤੇ ਟਰਕੀ ਸ਼ਹਿਰ ਦੇ ਨਾਲ ਕੁਛ ਹੋਰ ਵੀ ਪੈਂਦਾ ਵਾ। ਆ ਰਹੀ ਲੋਕੇਸ਼ਨ, ਉੱਧਰ ਵੀ ਹੈਗਾ ਕੁਛ ਪਤਾ ਨਹੀਂ ਹੈਗਾ ਮੈਨੂੰ ਹਜੇ, ਮੇ ਬੀ ਉਹ ਬੰਦ ਆ, ਕੰਸਟਰਕਸ਼ਨ ਦਾ ਵਰਕ ਚੱਲ ਰਿਹਾ ਉਹਦੇ 'ਤੇ, ਦੇਖ ਹੀ ਰਿਹਾ ਹੁਣ ਉਹ ਪਿੱਲਰ ਜਿਹਾ ਅਤੇ ਸੱਜੇ ਪਾਸੇ ਇੱਥੇ ਮੌਸਮ ਬੜਾ ਵਧੀਆ, ਮਤਲਬ ਹਲਕੀ ਹਲਕੀ ਠੰਡਾ ਨਾਲ ਧੁੱਪ ਆ, ਮਤਲਬ ਬਹੁਤ ਸਾਫ਼ ਸੁਥਰਾ ਜਿਹਾ ਮੌਸਮ ਚਾਹੀਦਾ। ਮੋਸਕੋ 'ਚ ਤਾਂ ਸਾਰੇ ਜੰਮ ਗਏ, ਭੋਲੇ ਦੀ ਤਾਂ ਬੱਸ ਹੋ ਗਈ ਸੀ ਮੋਸਕੋ 'ਚ। ਮਸੀਕ ਦਾ ਦੂਸਰਾ ਪਾਰਟ ਆ, ਆਹ ਦੇਖ ਲਓ ਕਿੰਨੇ ਘੈਂਟ ਘੈਂਟ ਬਣਾਏ ਹੋਏ ਉਹਨਾਂ ਨੇ, ਆਪਣੇ ਵਾਲੇ ਦੇ ਬਣਾਏ ਹੋਏ ਪੁਲਿਸ ਕੋਲ ਡਿੱਗ ਜਾਂਦੇ ਹੁਣ ਦੇ ਬਣਾਏ ਹੋਏ, ਸਮੁੰਦਰ ਨੇੜੇ ਆ ਮੇਰੇ ਕੋਲ ਚੱਲਦੇ ਉੱਥੇ ਵੀ, ਇਹ ਸਮੁੰਦਰ ਦਾ ਕੰਢਾ ਆ, ਇੱਥੇ ਸੜਕਾਂ ਨਾ ਮਤਲਬ ਪੱਥਰ ਠੋਕ ਠੋਕ ਕੇ ਬਣਾ,
ਟਰਕੀ ਦੇ ਸਕੀਚੀ ਬਿਜ਼ਨਸ ਸੈਂਟਰ ਵੱਲ ਜਾ ਰਹੇ ਹਾਂ। ਆਹ ਏਰੀਆ ਵਾ, ਡੇਢ ਕੁ ਕਿਲੋਮੀਟਰ ਤੱਕ ਜਾਣਾ ਸੀਗਾ, ਚੱਲ ਰਹੇ ਹਾਂ। ਮੈਂ ਜਾਣਾ ਸਕੀਚੀ ਬਿਜ਼ਨਸ ਸੈਂਟਰ, ਰੈਸਟੋਰੈਂਟ ਏਰੀਆ। ਆ ਰਿਹਾ ਤੁਹਾਡਾ ਜੇਥੋ ਕੁਲਫੀਆਂ ਬਣਾਉਂਦਾ ਹੁੰਦਾ ਜਿਹੜਾ, ਖਾ ਨਹੀਂ ਸਕਦਾ ਮੈਂ। ਮੀਂਹ ਪੈ ਰਿਹਾ, ਮੌਸਮ ਬੜਾ ਵਧੀਆ ਪੈ ਰਿਹਾ ਇੱਥੇ, ਚੱਲੇ ਹਾਂ। ਚੰਗਾ ਬਾਈ, ਟਰਕੀ ਚੱਲੇ ਹਾਂ ਤੇਰੇ ਸ਼ਹਿਰ ਤੋਂ। ਬੜਾ ਸੋਹਣਾ ਰਿਹਾ ਤੇਰੇ ਨਾਲ ਸਫ਼ਰ। ਲਓ ਬਈ, ਅਸੀਂ ਹੈਗੇ ਹਾਂ ਹੁਣ ਬੋਟ 'ਤੇ। ਸਬੀਹਾ ਏਅਰਪੋਰਟ, ਟਰਕੀ ਦਾ ਹੀ ਏਅਰਪੋਰਟ ਆ ਸਬੀਹਾ ਗੋਰਸੇਨ ਏਅਰਪੋਰਟ ਆ ਇਹ, ਜੋ ਕਿ ਵੀਰੇ ਹੁਣੀ ਵੀ ਇੱਥੋਂ ਹੀ ਗਏ ਸੀਗੇ ਅਤੇ ਮੈਂ ਆ ਗਿਆ ਫਾਈਨਲੀ ਇੱਥੇ। ਮੇਰਾ ਚੈੱਕ ਇਨ ਕਰਾ ਕੇ ਦੈਨ ਬੋਰਡਿੰਗ ਹੋਊਗੀ, ਉਦੋਂ ਬਾਅਦ ਹੀ ਕਰਦੇ ਹਾਂ, ਕਿਉਂਕਿ ਮੈਨੂੰ ਭੁੱਖ ਲੱਗੀ ਪਿਆ ਉਹ ਖਾਣ ਦਿਖਦਾ ਯਾਰ, ਭੁੱਖ ਬੜੀ ਲੱਗੀ ਸੀਗੀ। ਮੈਂ ਮੈਕਡੋਨਲ ਆ ਰਿਹਾ, ਮੈਕਡੋਨਲ ਇੱਧਰ, ਅਤੇ ਮੈਂ ਚੱਲ ਕੁਛ ਖਾ ਖੂ ਲਈਏ। ਮੈਂ ਬਸ ਥੋੜ੍ਹਾ ਮੋਟਾ ਹੀ ਕੁਛ ਖਾ ਗਿਆ ਸੀਗਾ ਉਦੋਂ, ਅਤੇ ਬਾਕੀ ਮੈਂ ਚਿਕਨ ਕਰਵਾਇਆ, ਮੀਲ ਹੀ ਕਰਾ ਲਿਆ ਪੂਰਾ। ਦੇਖੋ ਖਾ ਕੇ ਥੋੜ੍ਹਾ ਇੱਕ ਮੇਰਾ ਗਲ ਵੀ ਦੁਖਦਾ ਵਾ, ਫਿਰ ਵੀ ਚਲੋ ਚਲਦੇ ਹੈਂ। ਬਾਏ, ਟਿੱਕੇ। ਮੇਰੀ ਬੋਰਡਿੰਗ ਹੋ ਗਈ ਆ, ਮੈਂ ਹੈਗਾ ਵਾਂ ਸਾਹਿਬਾਨ ਸਕੈਚਿਨ ਏਅਰਪੋਰਟ 'ਤੇ, ਬੋਰਡਿੰਗ ਹੋ ਗਈ ਆ ਮੇਰੀ, ਅਤੇ ਮੈਂ ਜਾ ਰਿਹਾ ਹੁਣ ਗੇਟ ਨੰਬਰ 'ਤੇ। ਗੇਟ ਨੰਬਰ 'ਤੇ ਜਾ ਕੇ ਦੱਸਦਾ ਮੈਨੂੰ, ਬਾਕੀ ਏਅਰਪੋਰਟ ਵੀ ਦਿਖਾਉਣਾ ਘੈਂਟ ਆ ਏਅਰਪੋਰਟ, ਉਹ ਖਾਣੇ ਪੀਣੇ ਆ, ਭੁੱਖ ਲੱਗੀ ਹੋਈ ਆ।